ਕਾਂਗਰਸ ਵੱਲੋਂ ਕੀਤੇ ਗਏ ਹੰਗਾਮੇ ਤੋਂ ਬਾਅਦ ਪੰਜਾਬ ਭਾਜਪਾ ਦੇ ਵਿਧਾਇਕ ਮਦਨ ਮੋਹਨ ਮਿੱਤਲ ਨੇ ਕਾਂਗਰਸ ਨੂੰ ਰੱਜ ਕੇ ਕੋਸਿਆਏ। ਮਿੱਤਲ ਦਾ ਕਹਿਣਾ ਹੈ ਕਿ ਕਾਂਗਰਸ ਦੀ ਆਦਤ ਬਣ ਚੁੱਕੀ ਹੈ ਕਿ ਮੁੱਦਿਆਂ ਤੋਂ ਭੱਜਣਾ ਤੇ ਉਹਨਾਂ ਨੇ ਕਦੇ ਵੀ ਆਪਣੀਆਂ ਕੀਤੀਆਂ ਤੋਂ ਕਦੇ ਵੀ ਸਬਕ ਨਹੀਂ ਲਿਆ। ਉਹਨਾਂ ਨੇ ਕਾਂਗਰਸੀ ਵਿਧਾਇਕਾਂ ਦੀ ਨਿੰਦਾ ਕੀਤੀ ਹੈ ਤੇ ਕਿਹਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਆਪਣੇ ਹੱਥੀਂ ਆਏ ਹੋਏ ਕਈ ਮੌਕਿਆਂ ਨੂੰ ਆਪੇ ਖੁੰਝਾਇਆ ਹੈ। ਮੈਨੂੰ ਲੱਗਦਾ ਕਿ ਆਪੋਜੀਸ਼ਨ ਨੇ ਕੋਈ ਲੈਸਨ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਕੱਲ੍ਹ ਉਹਨਾਂ ਨੂੰ ਮੌਕਾ ਮਿਲਿਆ ਪਾਣੀ ਦੇ ਮਸਲਿਆਂ 'ਤੇ ਬੋਲਣ ਦਾ, ਉਹ ਆਪਣੇ ਆਪ ਉਹਨਾਂ ਨੇ ਮੌਕਾ ਖੋਇਆ। ਇਤਿਹਾਸਿਕ ਤੌਰ ਦੇ ਉੱਤੇ ਜਿਹੜਾ ਐਡਾ ਵੱਡਾ ਇਤਿਹਾਸਿਕ ਮਸਲਾ ਸੀ, ਜਿਹੜਾ ਪੰਜਾਬ ਦੀ ਜਿੰਦ ਜਾਨ ਹੈ, ਜਿਸ ਮਸਲੇ ਨਾਲ ਪੰਜਾਬ ਦਾ ਸਾਰੀ ਤਰੱਕੀ, ਕਿਸਾਨਾਂ ਦੀ ਤਰੱਕੀ ਜੁੜੀ ਹੈ, ਕਿਉਂ ਪੰਜਾਬ ਜਿਹੜਾ ਮੁੱਖ ਤੌਰ 'ਤੇ ਕਿਸਾਨੀ ਕਿੱਤਾ ਇੱਥੇ ਜ਼ਿਆਦਾ ਹੈ, ਖੇਤੀਬਾੜੀ 'ਤੇ ਲੋਕ ਜ਼ਿਆਦਾ ਨਿਰਭਰ। ਉਹਨਾਂ ਨੇ ਮੌਕਾ ਖੁਝਾ ਦਿੱਤਾ। ਉਹਨਾਂ ਦੇਖਿਆ ਵੀ ਕੱਲ੍ਹ ਅਸੀਂ ਬੋਲ ਨਹੀਂ ਸੀਗੇ, ਅੱਜ ਫਿਰ ਉਹੀ ਸ਼ੁਰੂ ਕੀਤਾ। ਅੱਜ ਵੀ ਉਹਨਾਂ ਨੂੰ ਮੌਕਾ ਸੀਗਾ, ਗਵਰਨਰ ਡੈਸ ਪੂਰਾ ਬਹਿਸ ਕਰਦੇ, ਹਿੱਸਾ ਲੈਂਦੇ ਔਰ ਕਿਸੇ ਮੁੱਦੇ 'ਤੇ ਹੀ ਬੋਲ ਸਕਦੇ ਸੀ।